ਹਾਂਜੀ ਵੈਲਕਮ ਹੈ ਸਾਡਾ ਆਪਣੀ ਹੋਰ ਨਵੇਂ ਵਲੌਗ ਦੇ ਵਿੱਚ। ਲਓ ਵੀ ਬਹੁਤ ਦਿਨਾਂ ਬਾਅਦ ਰੈੱਡ ਹਾਊਸ ਕੱਢ ਲਿਆ, ਬਾਹਰ ਝਗਾਨ ਦਾ ਲਾਤਾ ਕਹਿੰਦੇ, ਕਰ ਦਿਓ ਇਹਨੂੰ ਅੰਦਰ ਰੋੜ ਕੇ, ਟਰੈਕਟਰ ਕੱਢ ਲਿਆ ਆਪਾਂ ਇਹਦੀ ਹੈ ਨਾ। ਅੱਜ ਇਹਦਾ ਜ਼ਰੂਰੀ ਕੰਮ ਕਰਨਾ ਗ੍ਰੀਨ ਹਾਰਸ ਨਾਲ, ਗ੍ਰੀਨ ਹਾਰਸ ਕੋਲ ਚੱਲਦੇ ਹਾਂ ਆਪਣੇ ਨਾਲ। ਸੈਟਮ ਦੀ ਇੱਕ ਬੇਸ ਖੋਲ੍ਹ ਕੇ ਦੇਣੀ ਆ ਉਹਨੇ ਗ੍ਰੀਨ ਹਾਊਸ 'ਤੇ, ਬੇਸਾਂ ਵਾਲੇ ਹੋਰ ਆਉਣੀਆਂ ਨਵੀਆਂ, ਜਦ ਤੱਕ ਉਹਨੂੰ ਆਪਣੇ ਟਰੈਕਟਰ ਦੀ ਬੇਸ ਦੇ ਕੇ ਕੰਮ ਚਲਾਉਣਾ ਵਾ ਆਪਾਂ। ਲਓ ਜੀ ਹੁਣ ਆਪਾਂ ਆਏ ਹੋਏ ਸੀ ਰੀਲਾਂ ਬਣਾਉਣ, ਰੀਲਾਂ ਦੋ ਚਾਰ ਬਣਾ ਕੇ ਫਿਰ ਅਕਸ਼ ਕੋਲ ਚੱਲਦੇ ਹਾਂ, ਉਹਦਾ ਟਰੈਕਟਰ ਦਾ ਦੇਖਦੇ ਹਾਂ ਕੀ ਕੰਮ ਕਾਰ ਚੱਲਦਾ। ਸ਼ਾਮੇ ਜੇ ਲਾ ਦੇ ਬਸ, ਸਿੱਧਾ ਕਰਕੇ ਰੋਕ ਦੇ, ਬਸ ਰੋਕ ਲਾ ਇੱਥੇ, ਡਰਾਈਵਰ ਨੂੰ ਵੀ ਸਿਖਾ ਦੇਣਾ ਪਰ ਟਰੈਕਟਰ ਹੁਣ। ਲਓ ਵੀ ਕਹਿੰਦੇ ਡਰਾਈਵਰ ਨਹੀਂ ਅੱਜ ਹੱਟਦਾ, ਕਹਿੰਦੇ ਕਣਕ 'ਚ ਲਾਊ ਟਰੈਕਟਰ ਹੈਗੇ, ਕਿਸੇ ਦੀ ਕਣਕ 'ਚ ਨਾ ਲਾ ਦੀ। ਲਓ ਵੀ ਲੱਗਦਾ ਅੱਜ ਕਿਸੇ ਦੀ ਕਣਕ 'ਚ ਲਾਊ ਇਹ ਟਰੈਕਟਰ, ਟਲਦਾ ਨਹੀਂ ਗਾ। ਲੈ ਲਾ ਤਾ ਟਰੈਕਟਰ ਕਣਕ, ਕਹਿੰਦਾ ਹੀ ਸੀ ਨਾ ਤੁਹਾਨੂੰ, ਮੈਂ ਲਾ ਤਾ ਕਣਕ ਟਰੈਕਟਰ। ਓਏ ਬੋਲੂ ਅਗਲਾ ਤੈਨੂੰ ਕੀ, ਮੇਰੇ ਤੋਂ ਹੋ ਗਿਆ ਹੁਣ ਕਣਕ ਭਾਰ ਅਗਲੇ ਦੀ ਜਿਹੜੀ ਖਰਾਬ ਕੀਤੀ ਆ, ਹਰੇ ਵੀ ਰੇਸਾ ਦਿੰਦਾ। ਮੈਂ ਵੀ ਕਹਿੰਦਾ ਰੀਲਾਂ ਦੇ ਰੀਲਾਂ ਚੱਲਦੇ ਅੱਜ ਪੂਰੀਆਂ, ਮੈਂ ਤਾਂ ਬਣਾ ਲਈਆਂ, ਹੁਣ ਡਰਾਈਵਰ ਵੀ ਰੀਲਾਂ ਬਣਾਉਣ ਲੱਗ ਗਿਆ, ਫੇ ਇੱਧਰ ਨਾ ਲਾ ਦੀ ਥੱਲੇ ਗੱਲ ਤਾਂ ਸੁਣ, ਓਏ ਉੱਧਰ ਤਾਂ ਸਰ ਗਿਆ। ਲਓ ਵੀ ਆਪਾਂ ਮੈਂਟੂ ਵੀਰੇ ਦੇ ਆ ਗਏ ਮਗਰਾੜ ਪਰੇ ਹੋਈ, ਜਿਹੜੀ ਉੱਤੇ ਆਪਣੀ ਤਾਰ ਟੁੱਟੀ ਸੀ ਆਪਾਂ ਆਈ ਫਸਾਈ ਹੋਈ ਇਹ ਲਵਾਉਣੀ ਆ, ਇੱਕ ਆ ਸੁੱਚ ਖਰਾਬ ਆ, ਦੇਖਦੇ ਜੇ ਟਾਈਮ ਹੋਇਆ ਸੁੱਚ ਲਵਾ ਲਾਂਗੇ, ਉਦੋਂ ਬਾਅਦ ਫਿਰ ਇੱਕ ਬੇਸ ਨੂੰ ਬਾਏ ਬਾਏ ਕਰਨੀ ਆ ਥੋੜ੍ਹੇ ਕੁ ਦਿਨਾਂ ਲਈ, ਹੈ ਨਾ। ਬੇਸ ਆਪਾਂ ਅਕਸ਼ਾ ਟਰੈਕਟਰ 'ਤੇ ਲਾਉਣੀ, ਅਕਸ਼ਾ ਟਰੈਕਟਰ ਜਾਣਾ ਵਿਆਹ ਵਿਊ 'ਤੇ, ਉਹਦੇ ਕਰਕੇ ਕਰ ਦੇਣੀ ਗਾਂ, ਮੁੜ ਕੇ ਛਤਰੀ ਲਵਾਉਂਦੇ ਹਾਂ, ਨਾਲੇ ਕਰਦੇ ਹਾਂ ਡਾਊਨ ਸੀਲਿੰਗ, ਇੱਕ ਅੱਧੇ ਦਿਨ ਤੱਕ ਲਵਾਉਂਦੇ ਹਾਂ ਛਤਰੀ ਮੇਰੇ ਵੀਰੇ, ਉਹ ਜਾ ਕੇ ਕਬੂਤਰ ਵੀ ਦੇਖਣੇ ਆਪਾਂ ਪਿੰਜਰੇ ਪੁੰਜਰਿਆਂ 'ਚ ਪਾਉਣੇ ਆ। ਹੁਣ ਆਪਾਂ ਨਵੇਂ ਕਬੂਤਰ ਗਿਝਾ ਰਹੇ ਹਾਂ, ਹਰੇ ਉੱਧਰ ਹੀ ਬੀਜੀ ਹੁੰਦੇ, ਤਾਂ ਹੀ ਆਪਣੇ ਵਲੌਗ ਨਹੀਂ ਆਉਂਦੇ, ਤੁਹਾਨੂੰ ਅੱਜ ਕਬੂਤਰਾਂ ਦਾ ਵੀ ਸ਼ੌਂਕ ਕਰਾਉਂਦੇ ਹਾਂ ਨਾਲੇ। ਲਓ ਵੀ ਕਹਿੰਦੇ ਇੱਧਰ ਤਾਰਾਂ ਤੂਰਾਂ ਲਵਾ ਲਈਆਂ, ਹੁਣ ਆਪਾਂ ਇਹ ਜਾ ਕੇ ਜੋੜਨੀਆਂ 3M ਟੇਪ ਨਾਲ, ਇਹਦੇ ਲਈ ਆਪਾਂ ਨੂੰ ਜਾਣਾ ਪੈਣਾ JR8 ਕੋਲੇ, ਉੱਥੇ ਜਾ ਕੇ ਸਾਰੀਆਂ ਜੁੜ ਜਾਣਗੀਆਂ। ਇੱਧਰ ਮਿਲੋ ਬਾਈ। ਲਓ ਵੀ ਕਹਿੰਦੇ ਮੇਰੇ ਵੀ ਉਹ ਟਰੈਕਟਰ ਲੈ ਕੇ ਘਰੇ ਆ ਗਏ, ਹੁਣ ਆਪਾਂ ਪਾ ਜਾਈਏ ਕਬੂਤਰ ਜਾਲਾਂ 'ਚ, ਚੱਲ ਵੀ ਨਵੇਂ ਕਬੂਤਰ ਜਾਲਾਂ 'ਚ ਪਾ ਕੇ ਫਿਰ ਆਪਾਂ ਦੁਬਾਰਾ ਚੱਲਦੇ ਹਾਈ ਟੈਕ ਕੋਲੇ, ਫਿਰ ਬੇਸ ਖੋਲਦੇ ਹਾਂ ਜਾ ਕੇ। ਲਓ ਵੀ ਕਹਿੰਦੇ ਇੱਧਰ ਆ ਗਏ ਕਬੂਤਰਾਂ 'ਚ, ਖੋਲੀਏ ਗੇਟ, ਆਹ ਪਿਆ ਛੋਟਾ ਜਾਲ, ਇਹਦੇ ਵਿੱਚ ਪਾਉਣੇ ਆ, ਅਤੇ ਜੇ ਵੱਧ ਗਈਆਂ ਕਬੂਤਰੀਆਂ ਫਿਰ ਆਹ ਡੋਲੀ ਬਾਹਰ ਕੱਢ ਲਾਂਗੇ। ਚਲੋ ਵੀ ਅੰਦਰ, ਇਹ ਇੱਥੇ ਬਹਿ ਨਹੀਂ ਆ ਕੇ ਦੋ ਜਾਣੀਆਂ, ਚੱਲ ਵੀ ਅੱਜ ਕਾਲਾ ਰੰਗ ਲਾਇਆ, ਤੁਹਾਨੂੰ ਪਹਿਲਾਂ ਕਾਲਾ ਰੰਗ ਦਿਖਾਈਏ, ਲਾਇਆ ਬੜਾ ਘੈਂਟ ਲੱਗਿਆ, ਕੱਲ੍ਹ ਨੂੰ ਲਾਵਾਂਗੇ ਆਪਾਂ ਮੜਾ ਪਾਣੀ ਦਵਾਈ ਇਹਨਾਂ ਨੂੰ ਸਾਰਿਆਂ ਨੂੰ ਮੈਡੀਸਨ, ਇਹਨਾਂ ਦੀ ਕਰਨੀ ਆ ਡੀ ਵਾਰਮਿੰਗ ਕੱਲ੍ਹ ਨੂੰ, ਅਤੇ ਉਹ ਦੇ ਕਾਲਾ ਰੰਗ ਲਾਇਆ ਉਹ ਕਾਲੀ ਪੋਸ਼, ਆਹ ਕਬੂਤਰਾਂ ਦੀ ਕਰਨੀ ਆ ਕੱਲ੍ਹ ਨੂੰ ਡੀ ਵਾਰਮਿੰਗ, ਸਾਰਿਆਂ ਨੂੰ ਲਾ ਦੇਣੀ ਆਪਾਂ ਮੈਡੀਸਨ। ਉੱਧਰ ਆਪਣੇ ਵੱਡੇ ਕਬੂਤਰ, ਹੁਣ ਤੁਹਾਨੂੰ ਕਾਲਾ ਰੰਗ ਲੱਗਿਆ ਦਿਖਾਉਂਦੇ ਹਾਂ, ਕਬੂਤਰ ਮੇਰੇ ਉੱਧਰ ਤਾੜੇ ਹੋਏ ਆ, ਕਬੂਤਰੀਆਂ ਦੇ ਲੱਗਿਆ ਦਿਖਾਉਂਦੇ ਆ, ਦੋ ਕਬੂਤਰੀਆਂ ਦੇ ਲਾਇਆ ਇੱਧਰ ਬੈਠੀਆਂ ਨੇ ਕਿਤੇ, ਇਹ ਕਾਲੇ ਰੰਗ ਵਾਲੀ ਕਬੂਤਰੀ ਉਹ ਬੈਠੀ ਆ,
ਡਰਾਈਵਰ ਫੜਨ ਲੱਗਾ ਜੇ ਕੰਨੀ ਬਿੰਗੀ ਹੋਊਗੀ ਤੈਨੂੰ ਬਿੰਗਾ ਕਰ ਦੇਣਾ ਠੀਕ ਆ ਉਹ ਹਿਸਾਬ ਨਾਲ ਕੰਨੀ ਕੋਈ ਆਪਾਂ ਹਰੇ 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 ਵਾਲੀ ਫੜ ਲਾ ਇੱਕ ਲਾਜ ਵੀ ਹੈਗਾ ਆਪਣੇ ਕੋਲ ਨਹੀਂ ਲਾਜ ਨਹੀਂ ਉਹ ਫਿਰ ਐਂ ਤਾਂ ਫਿਰ ਕੰਨੀਆਂ ਬਿੰਗੀਆਂ ਕਰੀ ਆਵਾਂਗੇ ਉਹ ਵੀ ਤੁਹਾਨੂੰ ਲਾਜ ਦੱਸਾਂਗੇ ਹਰੇ ਕੰਨੀ ਵਾਲੀ ਫੜ ਲਾ ਹਾਂ ਇਹਨੂੰ ਸਾਈਡ ਖੁੰਜੇ ਜਿਹੇ ਲਿਜਾ ਕੇ ਹੁਣ ਫੜ ਲਾ ਇੱਥੇ ਬਸ ਸ਼ੁਕਰ ਆ ਉਹ ਸ਼ੁਕਰ ਆ ਕਬੂਤਰੀ ਹੋਈ ਸਾਊ ਸੀ ਜਿਹੜਾ ਕਾਲਾ ਰੰਗ ਦਿਖਾਈ ਪੱਲਾ ਖੋਲ ਕੇ ਅੱਜ ਲਾਇਆ ਲੈ ਸਿਰਾ ਗੱਲਬਾਤ ਬਣ ਗਈ ਅੱਧੀ ਕਾਲੀ ਝਾਲਰ ਕਰਤੀ ਇਹਦੀ ਅੱਜ ਆਪਾਂ ਚੱਲ ਛੱਡ ਇਹਨੂੰ ਪਿੰਜਰੇ 'ਚ ਡੈਡੇ ਆਹ ਛੋਟੇ ਜਾਲ 'ਚ ਛੱਡ ਲੈਂਦੇ ਹਾਂ ਨਹੀਂ ਨਹੀਂ ਇਹ ਧੁੱਪੇ ਇੱਥੇ ਘਰ ਦਿਖਾਉਣ ਨੂੰ ਇਹ ਨਵੀਂ ਆ ਇੱਕ ਗਜਾਵਾਂਗੇ ਹੁਣ ਅਸੀਂ ਦੋ ਚਾਰ ਹੋਰ ਫੜ ਇਹਨੂੰ ਪੰਜ ਸੱਤ ਇਹਦੇ ਵਿੱਚ ਹੋਰ ਪਾ ਲਾ ਮੈਨੂੰ ਫੜਨੇ ਪੈਣੇ ਆਹ ਇੱਕ ਤਾਂ ਆਹ ਬਾਹਰ ਆ ਗਿਆ ਆਹੀ ਇਹਨੇ ਹੱਥ ਨਹੀਂ ਲਵਾਉਣਾ ਦਿੱਤੋ ਛੇਤੀ ਇਹਨਾਂ ਦੀ ਕੰਨੀ ਟੁੱਟੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਤੇ ਨਾਲੇ ਪਤਾ ਹੀ ਆ ਆਹ ਸ਼ਾਖੀ ਵੀ ਫੜਨੀ ਆ ਇਹ ਵੀ ਤਾੜਦੀ ਆ ਦੇਖੋ ਘਰੋਂ ਸ਼ੌਂਕ ਆਪਣੇ ਵਾਲੇ ਜਾਨਵਰਾਂ ਦਾ ਹੈਗਾ ਕੈਂਟ ਕੇ ਨਹੀਂ ਦੱਸੋ ਕਮੈਂਟ ਕਰਕੇ ਕਿਹੜੀ ਦੋਨੇ ਹੀ ਫੜ ਲਾ ਇਹ ਚਸ ਤੋਂ ਬਹੁਤ ਨੇ ਛੇਤੀ ਹੱਥ ਨਹੀਂ ਲਵਾਉਂਦੀਆਂ ਵੈਸੇ ਉਹਨਾਂ ਚੋਂ ਫੜ ਲਿਆ ਕੋਈ ਉਹ ਸ਼ਾਖੀ ਫੜ ਲਿਆ ਜਿਹੜੀ ਆ ਬੈਠੀ ਆ ਸ਼ਾਖੀ ਆ ਚਿੱਟੀਆਂ ਦੀ ਆ ਤਾਂ ਮੈਨੂੰ ਪਤਾ ਨਹੀਂ ਲੱਗਦਾ ਕਿਹੜੀ ਉਹ ਤੇ ਸ਼ਾਖੀ ਖੁੰਜੇ 'ਚ ਬੈਠੀ ਉਹ ਦੇ ਖੁੰਜੇ ਜੀ ਹਲੇ ਵੀ ਤੂੰ ਤਾਂ ਐਂ ਹੱਥ ਲਾਉਣਾ ਜਿਵੇਂ ਆਪਣੇ ਤੇਰੇ ਹੱਥ 'ਚ ਆ ਜਾਣਗੀਆਂ ਲਿਆ ਨਾ ਨਾ ਐਂ ਨਾ ਛੱਡ ਦੇ ਕਬੂਤਰ ਨਹੀਂ ਫੜਨਾ ਉਹਦਾ ਹਲੇ ਲੈ ਵੀ ਫੜ ਕੇ ਦਿਖਾਵਾਂਗਾ ਤੈਨੂੰ ਇਹਦਾ ਵੀ ਕਰੋ ਸ਼ੌਂਕ ਆਪਣੀ ਸ਼ਾਖ ਉਹਨੇ ਫੜਾ ਨਹੀਂ ਤੈਨੂੰ ਕਹਿੰਦਾ ਕਬੂਤਰ ਨਹੀਂ ਫੜਨਾ ਹਾਂ ਸੈੱਟ ਕਰਕੇ ਫੜ ਕੇ ਦਾ ਉਹ ਕੰਨੀ ਕਿੱਧਰ ਨੂੰ ਜਾਂਦੀ ਆ ਉਹਦੀ ਇੱਕ ਉਹ ਜਾ ਬਿੰਗੀ ਨਾ ਕਰਦੀ ਹੁਣ ਦੇ ਤਾ ਆਏ ਫੜਿਆ ਕਰ ਕਬੂਤਰ ਫੜਨ ਸਾਰ ਦੁਬਾ ਐ ਸੈੱਟ ਕਰ ਲੈ ਹੁਣ ਪਿੰਜਰੇ ਤਾਂ ਬੜਾ ਬੜਾ ਮੈਂ ਦੱਸਿਆ ਸੀਗਾ ਫਿਰ ਇੱਥੇ ਐਂ ਕਰ ਲੈ ਹਾਂ ਉਹਦੀਆਂ ਉਂਗਲਾਂ ਐ ਫੜ ਲੈ ਪੈਰਾਂ 'ਚ ਚੱਕ ਐਂ ਫਿਰ ਨਿਕਲ ਜਾ ਸਕਦਾ ਉਹ 'ਚ ਛੱਡ ਉਹਨੂੰ ਦੋ ਹੋ ਗਿਆ ਤੀਜੀ ਹੋਰ ਤੇ ਤਿੰਨ ਚਾਰ ਹੋਰ ਪਾਏ 'ਚ ਕਬੂਤਰੀਆਂ ਜਿਹੜੀਆਂ ਦਸੇ ਪਰ ਸਾਫ਼ ਹੋਈਆਂ ਉਹਲੀਆਂ ਪਾਉਣੀਆਂ ਦੇਖ ਕੇ ਠੀਕ ਆ ਲਓ ਮੇਰੇ ਵੀਰੋ ਇੱਕ ਜਾ ਟੰਗ ਦਾ ਦੂਜਾ ਡਰਾਈਵਰ ਲਈ ਆਉਣਾ ਲਿਆ ਉੱਪਰ ਛੱਡ ਦੇ ਲੈ ਵੀ ਕਹਿੰਦੇ ਦੂਜਾ ਜਾਲ ਵੀ ਆ ਜੇ ਆ ਇਹ ਚੋਂ ਦੇਖਦੇ ਹਾਂ ਦੋ ਕਬੂਤਰੀਆਂ ਆਪਾਂ ਜਾਲ ਤੇ ਬੰਨ੍ਹਦੇ ਲਓ ਵੀ ਇਹ ਕਬੂਤਰੀਆਂ ਦਾ ਕਰੋ ਸ਼ੌਂਕ ਆਪਣੇ ਵਾਲੀਆਂ ਦੀਆਂ ਇਹਨਾਂ ਚੋਂ ਦੇਖਦੇ ਹਾਂ ਦੋ ਕੁ ਬੰਨ੍ਹਦੇ ਨੇ ਛਤਰੀ ਤੇ ਹਨਾ ਓਏ ਛਤਰੀਆਂ ਖਾਲੀ ਖੜੀਆਂ ਹੁਣ ਇਹਨਾਂ ਨੂੰ ਹੈਂ ਕੀ ਕਰਨਾ ਐਕਸਪੈਰੀਮੈਂਟ ਜੇ ਕਿਸੇ ਦੀ ਕੰਨੀ ਕੁੰਨੀ ਬਿੰਗੀ ਹੋ ਗਈ ਹੋਵੇ ਹਨਾ ਅਸੀਂ ਉਹਨੂੰ ਸਿੱਧੀ ਕਰ ਸਕਦੇ ਹਾਂ ਉਹ ਤੁਹਾਨੂੰ ਮੈਂ ਦੱਸੂਗਾ ਕਿਵੇਂ ਕਰਨੀ ਆ ਜੇ ਕਿਸੇ ਦੀ ਭੁਲੇਖੇ ਨਾਲ ਕੰਨੀ ਬਿੰਗੀ ਹੋ ਗਈ ਆਪਾਂ ਸਿੱਧੀ ਕਰ ਸਕਦੇ ਹਾਂ ਕਿਸੇ ਹੋਰ ਦਾ ਵਾ ਲੈ ਜਾਓ ਆ ਕੇ ਇਹ ਤਾਂ ਉਹੀ ਆ ਗਿਆ ਇਹ ਹੈਗਾ ਕਿਸੇ ਦਾ ਵਾ ਆਪਣੇ ਆ ਜਾਂਦਾ ਪਰ ਹੁਣ ਆਪਾਂ ਡਾਉਣਾ ਹੀ ਆ ਹਾਂ ਉਦਣ ਮੈਂ ਇਹ ਤਿੰਨ ਚਾਰ ਵਾਰ ਡਾਤਾ ਅੱਜ ਕਿਸੇ ਨੇ ਹਰਾ ਸਾਦਾ ਕਰਕੇ ਡਾਲਿਆ ਜਿਹੜਾ ਆਪਣਾ ਗੁੰਮਿਆ ਹੋਇਆ ਉਹ ਨੀ ਕਿਸੇ ਠਾਲਿਆ ਹਾਲੇ ਤੱਕ ਡਾਲ ਦੀ ਕਰੀ ਜਾਣਾ ਆਪਣਾ ਆਪਦਾ ਵਾਪਸ ਆਇਆ ਨੀ ਕਿਸੇ ਦਾ ਦੁਬਾਰੇ ਵਾਪਸ ਆ ਗਿਆ ਇਹ ਹੁਣ ਆਪਾਂ ਕਿਸੇ ਨੂੰ ਫੋਨ ਲਾ ਕੇ ਚੁਕਾ ਦੇਣਾ ਜੇ ਕਿਸੇ ਦਾ ਹੋਇਆ ਦੱਸ ਦਿਓ ਤਾਂ ਅਸੀਂ ਜ਼ਰੂਰ ਦੇਵਾਂਗੇ ਹਨਾ ਹਾਂ ਹਾਂ ਅਸੀਂ ਆਪਦੇ ਹੈ ਕਿਹੜਾ ਕਿਹੜਾ ਰੰਗ ਲੱਗਿਆ ਉਹ ਵੀ ਦੱਸ ਦੇ ਹਾਂ ਇਹਦੇ ਰੰਗ ਲੱਗਿਆ ਸਾਡੇ ਇਹਨੂੰ ਬਿਠਾ ਦਿਓ ਇੱਥੇ ਇੱਥੇ ਕਿਹੜਾ ਰੰਗ ਲੱਗਿਆ ਇੱਥੇ ਇਹਦੀ ਖੱਜੀ ਖਾਣੀ ਖੱਬੀ ਹਰੀ ਲਾ ਕਾਲੀ ਬਾਗ ਵਾਲਾ ਚੌੜੀ ਜੀ ਔਰ ਰੌਲਾ ਪਈਆਂ ਹੁੰਦੀਆਂ ਕਿਸੇ ਨੇ ਉੱਪਰ ਦੀ ਰੰਗ ਲਾ ਕੇ ਠਾਲਤਾ ਵੀ ਪਤਾ ਨਾ ਲੱਗੇ ਹਾਂ ਕਚੋਰਾ ਹੁੰਦੀਆਂ ਕਿ ਚਕੋਰਾ ਚਕੋਰਾ ਨੇ ਚੱਚੇ ਤੇ ਚਕੋਰਾ ਇਹ ਰੱਸੀ ਛੋਟੀ ਕਰਦੀ ਆ ਪਹਿਲੇ ਦਿਨ ਮੰਨੀਆਂ ਹਾਂ ਕਿੱਥੇ ਗਿਆ ਕਬੂਤਰ ਉਹ ਠਾਲ ਦਵਾਂ ਮੈਂ ਆ ਰਹੇ ਫਿਰਦਾ ਤੇ ਠਾਲੀਏ ਠਾਲ ਦੀ ਖੜ ਜਾ ਮੈਂ ਪੰਗਾ ਲੈਣਾ ਇਹਦੇ ਫੜ ਕੇ ਦਿਖਾਉਣੇ ਆਪਾਂ ਇੱਕ
ਉਹ ਮੈਂ ਫੜ ਕੇ ਦੇਖਣਾ ਵਾ, ਉੱਪਰ ਦੀ ਵਲੌਗ ਬਣਾ ਦੇ, ਫੜ ਕੇ ਮੈਂ ਦੇਖਣਾ ਰੋਜਾ। ਲੋ ਵੀ ਆ ਕਿਸੇ ਦਾ ਕਬੂਤਰ ਆਇਆ ਸੀ, ਤੈਨੂੰ ਦਿਖਾ ਰਹੇ ਆ ਕਿੱਧਰ ਮੈਂ ਬੈਠਾ, ਉਧਰਲੀ ਸਾਈਡ ਬੈਠਾ ਵਾ। ਆਹਾ ਹਾਂ ਆ ਗਿਆ ਆ ਗਿਆ, ਤੇਰੇ ਵੱਲ ਆ ਗਿਆ, ਐ ਨੱਟ ਕਾਲ ਫੜ ਗਈ ਆਪਦੀ, ਉਹ ਤਾਂ ਆਪਣੀ ਫੜ ਲਈ ਭਰਾਵਾ ਤੂੰ, ਕਈ ਮੈਂ ਪੁੱਛੀ ਜਾਣਾ ਦੇਖੋ। ਆ ਰੇ ਹੁਣ ਆ ਗਿਆ। ਲੋ ਵੀ ਕਹਿੰਦੇ ਆ ਕਬੂਤਰ ਫੜ ਲਿਆ ਆਪਾਂ, ਇਹ ਪਰ ਸੋਲਡ ਆਊਟ ਹੋ ਗਿਆ ਹੁਣ। ਹੈ ਸੋਲਡ ਆਊਟ ਵੀ ਨਹੀਂ, ਜਿਹਦਾ ਸੀਗਾ ਜਿਹਦਾ ਸੀਗਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਪਣੇ। ਮੈਂ ਕਿਹਾ ਅੱਜ ਫੋਨ ਆਇਆ ਆਪਾਂ ਨੂੰ, ਮੈਂ ਕਿਹਾ ਲੈ ਜਾਓ, ਮੈਂ ਭੜਕਾ ਕੇ ਲੈ ਜਾਓ ਤਾਂ ਚਾਹੇ ਦੁਬਾਰੇ ਡਾ ਦੇ, ਇਹ ਤਾਂ ਫੇਰ ਇੱਥੇ ਆ ਜਾਂਦਾ ਆਪਣੇ, ਜਾਂਦਾ ਹੀ ਨਹੀਂ ਕਿਤੇ, ਹੈਗਾ ਨਹੀਂ ਪਰ ਇਹ ਆਪਣਾ। ਉਹ ਨਾ ਵਧੀਆ ਕਬੂਤਰੀ ਨੂੰ ਕਿਉਂ ਭੜਕਾਈ, ਇਹਨਾਂ ਲੱਤ ਤੋੜੀਆਂ ਇਹਨੂੰ ਖੜਾ, ਤੈਨੂੰ ਕਿਹਾ ਤਾਂ ਇਹਨਾਂ ਨੂੰ ਪਿਆਰ ਨਾਲ ਰੱਖਣਾ ਆਪਾਂ। ਹੁਣ ਆਪਾਂ ਇੱਕ ਹੋਰ ਕਬੂਤਰੀ ਬੰਨ ਦਈਏ, ਸ਼ਾਖੀ ਜਾਂ ਆਪਾਂ ਬੰਨਦੇ ਹਾਂ ਪੀੜੀਆਂ ਦੀ, ਚਿੱਟੀਆਂ ਦੀ ਬੰਨਦੇ ਹਾਂ ਜਾਂ ਆਪਾਂ ਹੁਣ ਇਹਦੇ ਪਹਿਲਾਂ ਦੇਖੇ ਵੀ 10 ਪਰ ਸਾਫ਼ ਹੋਊਗੀ ਇਹ, ਫੜੀ ਮਾੜਿਆ ਦਿਖਾ ਦਈਏ ਨਾਲੇ, ਇਹ 10 ਪਰ ਸਾਫ਼ ਹੋਈ ਹੋਈ ਆਪਣੀ ਬਣਾ ਦੇ। ਆਹ ਦੇਖ 1, 2, 3, 4, 5, 6, 7, 8, 9, 10 ਇੱਥੋਂ ਬਾਕੀ ਛੋਟੇ ਫੰਗ ਸਟਾਰਟ ਹੋ ਜਾਂਦੇ ਆ, ਇਹ ਜਿਹਦੇ ਦਾਗ ਪੂਰੇ ਇਹ ਬਾਜੂ ਉੱਡਣਾ ਹੁਣ। ਹੁਣ ਇਹਨੂੰ ਆਪਾਂ ਬੰਨਾਂਗੇ ਛਤਰੀ 'ਤੇ, ਕਿਹੜੀ ਤਾਂ ਬੰਨੀ ਉਹ ਤਾਂ ਬੰਨ ਦਿੰਦੇ ਹਾਂ, ਉਹਨੂੰ ਡਾ ਦੇ, ਉਹ ਤਾਂ ਡਾ ਦੇਣਾ ਉਹ ਤਾਂ ਲੈ ਜਾਣਾ ਉੱਥੇ, ਹੁਣ ਮੁੰਡਿਆਂ ਨੇ ਜਾਣਾ ਉੱਥੇ ਬਾਹਰ, ਲੈ ਫਿਰ ਜਦ ਜਾ ਕੇ ਬਹਿ ਗਿਆ ਉਹ, ਇਹਦਾ ਉੱਤੇ ਮੈਂ 3 ਵਾਰ ਡਾਇਆ ਭਰਾਵਾ। ਹਾਂ ਵੀ ਚਲੇ ਜਾ, ਕਿਉਂਕਿ ਤੈਨੂੰ ਪਤਾ ਅੱਜ ਕੱਲ੍ਹ ਬਿਮਾਰੀ ਵਾਲੇ, ਸਹੀ ਗੱਲ ਐਵੇਂ ਆ ਕਿਸੇ ਦੇ ਕਬੂਤਰਾਂ ਬਿਮਾਰੀ ਪਈ ਹੁੰਦੀ ਆ, ਖੜੇ ਖੁੜੇ ਨਾ ਹੂੰ, ਆਪਦੇ ਚਾਹੇ ਪੂਰਾ ਘਰ ਟੁੱਟਣ, ਸਹੀ ਗੱਲ ਆ ਕਿਸੇ ਦਾ ਨਾ ਹੋਵੇ, ਤੇ ਬੱਚਾ ਹੁੰਦਾ ਗੱਜਿਆ ਨਹੀਂ ਹੋਇਆ ਤੇ ਹੁਣ ਔਖਾ ਵੀ ਜੂ, ਇਹ ਮੈਨੂੰ ਇੰਨਾ ਤਾਂ ਪਤਾ ਹੈ, ਕੋਈ ਨਹੀਂ ਗੱਜ ਜਾਣਾ ਇਹਨੇ ਵੀ, ਜਿਹੜਾ ਆਪਾਂ ਨੇੜੇ ਆ ਇਹਦੀ ਵੀ ਡੋਰ ਛੋਟੀ ਕਰ ਦਿੰਦੇ ਆ ਨਾ। ਆਹੋ ਐਲਤਾ ਨਾ ਕਰੇ, ਉਹ ਵੀ ਕਹਿੰਦੇ ਆਪਾਂ ਕਬੂਤਰ ਚੁਕਾ ਤਾ ਜਿਹੜਾ ਆਪਣੇ ਆਇਆ ਸੀ, ਹੁਣ ਆਪਣੀ 1, 2, 3, 4, 5 ਕਬੂਤਰੀਆਂ ਇਹਦੇ ਵਿੱਚ ਰਹਿ ਗਈਆਂ, 1 ਤੇ 2 ਤੇ ਆਹ 3 ਬੰਨਤੀਆਂ ਆਪਾਂ, ਹੋਰ ਬੰਨੀ ਕਰ ਰਹਿਣ ਦੀ ਬਸ ਕਰ ਦੇਣਾ, ਇਹਨੂੰ ਐਂ ਟੰਗ ਦੇਣਾ ਜਾਲ 'ਚ। ਲਓ ਵੀ ਇੱਕ ਕਬੂਤਰ ਦਾ ਆਪਾਂ ਜਿਹਦਾ ਆ ਗਿਆ ਸੀ ਉਹ ਆਪਾਂ ਵਾਪਸ ਕਰਤਾ, ਹੁਣ ਆਪਣਾ ਜਾਲ ਟੰਗ ਦੀ ਆ, ਟੰਗ ਤਾਂ ਇੱਥੇ ਆਉਂਦਾ ਯਾਰ ਥੱਲੋਂ, ਮੂੰਹ ਖੁੱਲ੍ਹਾ ਹੀ ਆ ਵੈਸੇ ਤਾਂ ਪੈਪ ਦਾ, ਆਇਆ ਲੈ ਵੀ ਇੱਕ ਜਾਲ ਆਹ ਟੰਗ ਤਾ ਆਪਾਂ, ਅਤੇ ਇੱਕ ਉਹ ਥੱਲੇ ਅਤੇ ਆਹ ਉੱਪਰ ਟੰਗ ਤੀ ਸ਼ਾਖੀ, ਬਹਿ ਜਾ ਟੈਕੇ ਇੱਧਰ ਸ਼ਾਖੀ, ਉਹ ਚੱਟੀਆਂ ਦਾ ਬੰਨਤਾ ਆਪਾਂ, ਲੋਟਾ ਕੰਮ ਜਮਾਂ, ਹੁਣ ਕਬੂਤਰਾਂ 'ਚ ਹੀ ਰਿਹਾ ਕਰਨਾ ਆਪਾਂ ਸਾਰਾ ਦਿਨ। ਲਓ ਵੀ ਕਹਿੰਦੇ ਆਪਾਂ 3 ਕਬੂਤਰੀਆਂ ਬੰਨਤੀਆਂ, ਟੰਗ ਅਤੇ ਜਾਲ, ਹੁਣ ਆਪਾਂ ਚੱਲਦੇ ਹਾਂ ਟਰੈਕਟਰ ਲੈ ਕੇ ਆਪਾਂ ਜਾਣਾ ਅਕਸ਼ ਕੋਲੇ, ਇੱਕ ਬੇਸ ਬਦਲਾਉਣੀ ਆ ਅਕਸ਼ ਦੇ, 2-3 ਟਰੈਕਟਰ ਦੇ ਹੋਰ ਕੰਮ ਉਹ ਦੇਖਣੇ ਜਾ ਕੇ, ਸਹੀ ਆ ਚੱਲੀਏ ਫਿਰ, ਓਕੇ ਆ ਇਹਨਾਂ ਨੂੰ ਰਾਤ ਨੂੰ ਆ ਕੇ ਲਾ ਦਾਂਗੇ ਪਤਾ ਲੱਗ ਵੀ ਘਰ ਕਿਹੜਾ ਸਾਡਾ ਹੈ, ਹਾਂ ਮਗਰਾੜਾ ਨੂੰ ਇਹਨੇ ਰੰਗ ਕਰਾਤਾ, ਅਤੇ ਕੱਲ੍ਹ ਨੂੰ ਆਪਾਂ ਕਾਲਾ ਰੰਗ ਵੀ ਲਾਉਣਾ ਦੇਖਦੇ ਹਾਂ, ਤੁਹਾਨੂੰ ਉਹ ਵੀ ਬਲੌਗ 'ਚ ਦਿਖਾ ਦਾਂਗੇ, ਕਮੈਂਟ ਕਰਕੇ ਦੱਸ ਦਿਓ ਵੀ ਕਾਲਾ ਰੰਗ ਲਾਉਂਦੇ ਅਤੇ ਕਬੂਤਰਾਂ ਦੇ ਬਲੌਗ ਲੈ ਕੇ ਆਈਏ ਅਗਲਾ ਸਾਰਾ, ਕਿਉਂਕਿ ਕੱਲ੍ਹ ਨੂੰ ਹੈਗਾ ਸੰਡੇ ਅਤੇ ਕੱਲ੍ਹ ਨੂੰ ਆਪਾਂ ਘਰ ਹੀ ਹਾਂ, ਕਬੂਤਰਾਂ ਦੀਆਂ ਮਤਲਬ ਨਵੇਂ ਸਿੱਧੇ ਕਰਦੇ ਹਾਂ, ਹੋਰ ਅੱਜ ਵੀ 2-3 ਕਰ ਲਏ ਕੱਲ੍ਹ ਨੂੰ ਵੀ ਕਰਾਂਗੇ। ਲਓ ਵੀ ਕਹਿੰਦੇ ਟਰੈਕਟਰ ਲੈ ਚੱਲੀਏ ਹਾਈ ਟੈਕ ਦੇ, ਚੱਲੀਏ ਬੈਕ ਹੀ ਲੈ ਜਾਈਏ, ਕੋਈ ਖੜਾ ਤਾਂ ਨਹੀਂ ਮਗਰ, ਹੈਂਡ ਬ੍ਰੇਕ ਛੱਡੇ ਨਹੀਂ, ਚੱਲਦੇ ਹਾਈ ਟੈਕ ਦੇ, ਹੁਣ ਜਾ ਕੇ ਬੇਸ ਚੇਂਜ ਕਰਵਾ ਦਈਏ, ਅਕਸ਼ ਨੂੰ ਦੇ ਦਈਏ ਬੇਸ। ਲਓ ਵੀ ਹਾਈ ਟੈਕ ਵੀਰਾ ਚੱਲਿਆ ਸ਼ਹਿਰ, ਅਤੇ ਆਹ ਫਾਰਮ ਟਰੈਕ ਵੀ ਕਹਿੰਦੇ ਮੋਡੀਫਾਈ ਹੋ ਰਿਹਾ ਟਰੈਕਟਰ, ਅਤੇ ਹੁਣ ਆਪਾਂ ਫਿਰ ਕੀ ਕਰੀਏ, ਅਕਸ਼ ਨੂੰ ਪੁੱਛੀਏ ਨਹੀਂ ਚੱਲੀਏ ਫਿਰ, ਹੈ ਨਾ ਘਰ ਨੂੰ ਚੱਲਦੇ ਹਾਂ। ਲਓ ਵੀ ਮੇਰੇ ਵੀਰੇ ਕੋਈ ਕੰਮ ਨਹੀਂ ਬਣਿਆ, ਹਾਈ ਟੈਕ ਵੀਰਾ ਚਲੇ ਗਿਆ, ਅਤੇ ਆਪਣਾ ਲਿਫਟ ਵਾਲਾ ਕੰਮ ਹੀ ਕਰ ਲੈਂਦੇ ਜਾਂ
ਹੈ ਕੱਲ ਨੂੰ ਹੀ ਸਹੀ ਹੁਣ ਮਨ ਮੁੜ ਗਿਆ ਹੁਣ ਕੱਲ ਨੂੰ ਕਰਾਂਗੇ ਕਬੂਤਰਾਂ 'ਚ ਜਲਦੇ ਉੱਥੇ ਜਾ ਕੇ ਵਧੀਆ ਜੀ ਲੱਗਦਾ ਉਹਨਾਂ ਦੇ ਬਹਿ ਕੇ ਫਰ ਫੁਰ ਦੇਖ ਲੈਂਦੇ ਜਾਂ ਰੰਗ ਰੁੰਗ ਲਾ ਦਿੰਦੇ ਕਦੇ ਦੇ ਲਓ ਵੀ ਕਹਿੰਦੇ ਘਰੇ ਆ ਗਏ ਟਰੈਕਟਰ ਲਾ ਦਿਆਂ ਹੁਣ ਇੱਧਰਲੇ ਕਬੂਤਰਾਂ ਨੂੰ ਦਸਾਂ ਬੰਦਿਆਂ ਨੂੰ ਆਪਾਂ ਦੇਤਾ ਪਾਣੀ ਇਹਨਾਂ ਦੀ ਕੱਲ੍ਹ ਨੂੰ ਕਰਨੀ ਆਪਾਂ ਡੀਵਾਰਮਿੰਗ ਇਹਨਾਂ ਨੂੰ ਦੇਵਾਂਗੇ ਦਵਾਈ ਦਵੂਈ ਬੜਾ ਪਾਣੀ ਇੱਧਰਲਿਆਂ ਨੂੰ ਤਾਂ ਦੇ ਦੀ ਇੱਧਰ ਕਬੂਤਰੀਆਂ ਨੂੰ ਆਪਾਂ ਹਲੇ ਛੇੜਿਆ ਨਹੀਂ ਇਹ ਪਹਿਲਾਂ ਸਿੱਧੀਆਂ ਕਰਨੀਆਂ ਹਲੇ ਖਿਜਾਉਣੀਆਂ ਨੇ ਬਾਕੀ ਮਿੱਤਰੋ ਅੱਜ ਦਾ ਵਲੋਗ ਆਪਾਂ ਉਰੀ ਐਂਡ ਕਰਦੇ ਹਾਂ ਮਿਲਦੇ ਹਾਂ ਨਵੇਂ ਵਲੋਗ ਦੇ ਵਿੱਚ ਵਲੋਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ